ਦੁੱਖ ਅਤੇ ਸੁੱਖ ਸਾਡੀ ਜ਼ਿੰਦਗੀ ਵਿੱਚ ਆਉਂਦੇ ਹੀ ਰਹਿੰਦੇ ਆ, ਪਰ ਗੁਰਮੁਖ ਪਿਆਰਿਓ, ਕਈ ਵਾਰ ਇਸ ਤਰ੍ਹਾਂ ਹੁੰਦਾ ਕਿ ਉਹਨਾਂ ਦੁੱਖਾਂ ਨੂੰ ਜਰਨ ਲਈ ਜੇ ਅਸੀਂ ਮਾਨਸਿਕ ਪੱਖੋਂ ਬਹੁਤ ਜ਼ਿਆਦਾ ਮਜ਼ਬੂਤ ਹੋਈਏ, ਫਿਰ ਵੱਡੇ ਵੱਡੇ ਦੁੱਖਾਂ ਨੂੰ ਆਸਾਨੀ ਨਾਲ ਸਿਹਾ ਜਾ ਸਕਦਾ। ਅੱਜ ਮੈਂ ਇੱਥੇ ਤੁਹਾਨੂੰ 8 ਗੱਲਾਂ ਦੱਸੂੰਗਾ ਜਿਸ ਦੇ ਨਾਲ ਤੁਹਾਡਾ ਮਨ ਮਜ਼ਬੂਤ ਹੋ ਜਾਵੇਗਾ। ਤਾਂ ਆਓ, ਜੇ ਤੁਸੀਂ ਵੀ ਜੇਕਰ ਆਪਣਾ ਮਨ ਮਜ਼ਬੂਤ ਕਰਨਾ ਚਾਹੁੰਦੇ ਹੋ ਦੁੱਖਾਂ ਦੇ ਵਿੱਚ, ਕਿ ਦੁੱਖ ਤਾਂ ਆਉਂਦੇ ਹੀ ਰਹਿੰਦੇ ਆ ਪਰ ਦੁੱਖ ਤੁਹਾਨੂੰ ਮਹਿਸੂਸ ਨਾ ਹੋਣ, ਕਿਵੇਂ ਮਨ ਨੂੰ ਕਰੜਾ ਕਰਨਾ, ਇਹ 8 ਗੱਲਾਂ ਆਪਣੀ ਜ਼ਿੰਦਗੀ ਵਿੱਚ ਚੇਤੇ ਰੱਖਣਾ, ਇਹ ਇੱਕ ਮਹਾਤਮਾ ਜੀ ਨੇ ਆਪਣੇ ਚੇਲਿਆਂ ਨੂੰ ਦੱਸੀਆਂ ਸੀ। ਤਾਂ ਆਓ ਆਪਾਂ ਵੀ ਇਹ ਤੋਂ ਲਾਹਾ ਲਈਏ ਜੀ। ਸਭ ਤੋਂ ਪਹਿਲੀ ਗੱਲ, ਕਈ ਵਾਰੀ ਕੀ ਹੁੰਦਾ, ਅਸੀਂ ਬੀਤੇ ਹੋਏ ਸਮੇਂ ਦੇ ਬਾਰੇ ਹੀ ਸੋਚੀ ਜਾਂਦੇ ਰਹਿੰਦੇ ਹਾਂ, ਬੀਤੇ ਹੋਏ ਸਮੇਂ ਬਾਰੇ ਸੋਚਦੇ ਹਾਂ ਵੀ ਸਾਡੇ ਨਾਲ ਇਉਂ ਹੋਇਆ ਸੀ, ਇਸ ਤਰ੍ਹਾਂ ਵਾਪਰਿਆ ਸੀ। ਉਹ ਕੋਈ ਮਾੜੀ ਘਟਨਾ ਨੂੰ ਵਾਰ ਵਾਰ ਸੋਚਣ ਦੇ ਨਾਲ ਅਸੀਂ ਅੱਗੇ ਨਹੀਂ ਵੱਧ ਸਕਦੇ। ਜੇ ਤੁਸੀਂ ਮਨ ਨੂੰ ਮਜ਼ਬੂਤ ਬਣਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਭੁੱਲਣਾ ਪਵੇਗਾ ਪਿੱਛੇ ਜੋ ਵੀ ਤੁਹਾਡੇ ਨਾਲ ਹੋਇਆ। ਕਈ ਵਾਰੀ ਕੀ ਹੁੰਦਾ, ਉਹ ਚੀਜ਼ ਸਾਡੇ ਨਾਲ ਇੱਕ ਵਾਰੀ ਹੋਈ ਆ, ਰੋਜ਼ ਰੋਜ਼ ਅਸੀਂ ਸੋਚੀ ਜਾਂਦੇ ਹਾਂ, ਵਾਰ ਵਾਰ ਸਾਡਾ ਮਨ ਉਸੇ ਹੀ ਹਾਲਤ ਵਿੱਚ ਰਹਿਣ ਲੱਗ ਜਾਂਦਾ, ਚੜ੍ਹਦੀ ਕਲਾ 'ਚ ਅਸੀਂ ਹੋ ਹੀ ਨਹੀਂ ਸਕਦੇ। ਤਾਂ ਸਭ ਤੋਂ ਪਹਿਲਾ ਕੰਮ ਤੁਸੀਂ ਕਰਨਾ ਕਿ ਉਹ ਯਾਦਾਂ ਭੁਲਾਉਣੀਆਂ ਜਿਹੜੀਆਂ ਮਾੜੀਆਂ ਯਾਦਾਂ ਨੇ, ਚੰਗੀਆਂ ਨਹੀਂ। ਚੰਗੀਆਂ ਨੂੰ ਤਾਂ ਚੇਤੇ ਰੱਖਣ ਦੇ ਨਾਲ ਸਾਨੂੰ ਆਤਮ ਵਿਸ਼ਵਾਸ ਸਾਡੇ ਵਿੱਚ ਵਾਧਾ ਹੁੰਦਾ ਵਾ। ਵਿਦਵਾਨ ਤਾਂ ਹੀ ਕਹਿ ਦਿੰਦੇ ਆ, ਜਿਹੜਾ ਭੁਲਾਉਣਾ ਜਾਣਦਾ ਗਵਾਉਣਾ ਜਾਣਦਾ ਉਹੀ ਜ਼ਿੰਦਗੀ ਵਿੱਚ ਅੱਗੇ ਵੱਧ ਸਕਦਾ। ਤਾਂ ਪਹਿਲਾ ਸੂਤਰ ਇਹ ਆ ਜਿਹੜਾ ਤੁਸੀਂ ਚੇਤੇ ਰੱਖਣਾ ਮਨ ਨੂੰ ਮਜ਼ਬੂਤ ਰੱਖਣ ਲਈ। ਹੁਣ ਦੂਜੀ ਚੀਜ਼, ਆਪਣੇ ਆਪ ਨੂੰ ਸਮਾਂ ਦੇਣਾ, ਆਪਣੇ ਆਪ ਦੇ ਨਾਲ ਬੈਠਣਾ। ਕਿੰਨੇ ਲੋਕ ਆ ਜਿਹੜੇ ਕਰਦੇ ਆ ਅੱਜ ਦੇ ਯੁੱਗ ਦੇ ਵਿੱਚ, ਕਲਯੁੱਗ ਦੇ ਵਿੱਚ ਲੋਕ ਭੱਜੇ ਫਿਰਦੇ ਆ ਪੈਸੇ ਪਿੱਛੇ, ਪਰ ਆਪਣੇ ਆਪ ਲਈ ਸਮਾਂ ਹੈ ਕਿਸੇ ਕੋਲ? ਅਸੀਂ ਨੌਕਰੀ ਕਰਦੇ ਹਾਂ ਬੱਚਿਆਂ ਦੀ ਖਾਤਰ, ਪਰਿਵਾਰ ਦੀ ਖਾਤਰ, ਭੱਜ ਦੌੜ ਕਰਦੇ ਹਾਂ ਸਭ ਦੂਜਿਆਂ ਦੀ ਖਾਤਰ, ਆਪਣੇ ਲਈ ਅਸੀਂ ਕੀ ਕਰਦੇ ਹਾਂ? ਆਪਣੇ ਮਨ ਨੂੰ ਸ਼ਾਂਤ ਕਰਨ ਲਈ 10-15 ਮਿੰਟ ਦਿੰਦੇ ਹਾਂ ਜਾਂ ਨਹੀਂ? ਨਹੀਂ ਦਿੰਦੇ, ਫਿਰ ਅਸੀਂ ਕਹਿੰਦੇ ਅਸੀਂ ਮਨ ਕਰਕੇ ਮਜ਼ਬੂਤ ਨਹੀਂ। ਇਹ ਕਿਵੇਂ ਹੋ ਜੂਗਾ ਜੀ? ਜਿਹੜੇ ਵੀ ਮਨ ਨੂੰ ਤੁਸੀਂ ਬਦਲਣਾ ਚਾਹੁੰਦੇ ਹੋ, ਮਜ਼ਬੂਤ ਕਰਨਾ ਚਾਹੁੰਦੇ ਹੋ, ਸਮਝਣਾ ਚਾਹੁੰਦੇ ਹੋ, ਉਹਦੇ ਕੋਲ ਬੈਠਣਾ ਪਵੇਗਾ। ਆਪਾਂ ਰਿਸ਼ਤਿਆਂ ਵਿੱਚ ਜਿਨ੍ਹਾਂ ਲੋਕਾਂ ਦੇ ਨਾਲ ਬਹਿੰਦੇ ਹਾਂ ਉਹਨਾਂ ਦੀ ਆਪਾਂ ਨੂੰ ਸਮਝ ਆਉਂਦੀ ਆ, ਆਪਾਂ ਉਹਨਾਂ ਬਾਰੇ ਜਾਣਦੇ ਹਾਂ। ਅਸੀਂ ਮਨ ਦੇ ਨਾਲ ਬੈਠਦੇ ਹੀ ਨਹੀਂ, ਆਪਣੇ ਆਪ ਨਾਲ ਬੈਠਦੇ ਹੀ ਨਹੀਂ, ਮਨ ਨੂੰ ਟਿਕਾਉਂਦੇ ਨਹੀਂ, ਇਹ ਤਾਂ ਭੱਜਿਆ ਫਿਰਦਾ। ਨਿਮਖ ਮਾਹੇ 4 ਕੁੰਟ ਫਿਰਿਆ ਆਵੇ, ਤਾਂ ਥੋੜ੍ਹਾ ਜਿਹਾ ਸੋਚਣਾ ਪਊਗਾ ਭਾਈ, ਆਪਣੇ ਆਪ ਦੇ ਨਾਲ ਬੈਠਣਾ ਪਊਗਾ। ਇਹੀ ਜਦੋਂ ਤੁਸੀਂ ਕਰਨ ਲੱਗ ਜਾਵੋਗੇ, ਜਿੰਨਾ ਟਿਕਾ ਦੇ ਨਾਲ ਕਰੋਗੇ ਉਨਾ ਹੀ ਤੁਹਾਡਾ ਮਨ ਮਜ਼ਬੂਤ ਹੋ ਜੂਗਾ। ਕੁਝ ਕੰਮ ਹੁੰਦੇ ਆ ਜਿਹੜੇ ਕੀਤੇ ਤੋਂ ਹੀ ਪਤਾ ਲੱਗਦੇ ਹੁੰਦੇ ਆ। ਤਾਂ ਇਹ ਜਿਹੜੀ ਦੂਜੀ ਗੱਲ ਆ ਤੁਸੀਂ ਚੇਤੇ ਰੱਖਣੀ ਆ। ਅੱਗੇ ਹੁਣ ਤੀਜੀ ਗੱਲ, ਜੋ ਗੁਰਬਾਣੀ ਵਿੱਚ ਵੀ ਸਾਨੂੰ ਵਾਰ ਵਾਰ ਕਹੀ ਜਾਂਦੀ ਆ ਕਿ ਸਾਨੂੰ ਕਦੇ ਵੀ ਦੂਜੇ 'ਤੇ ਆਸ ਨਹੀਂ ਰੱਖਣੀ ਚਾਹੀਦੀ। ਬਾਣੀ ਵਿੱਚ ਇੱਕ ਪੰਗਤੀ ਆ, ਨਾ ਕਰ ਆਸ ਮੀਤ ਸੁੱਤ ਭਾਈ, ਨਾ ਕਰ ਆਸ ਕਿਸੇ ਸਾਹ ਵਿਵਹਾਰ ਕੀ ਪਰਾਏ। ਕਦੇ ਵੀ ਸਾਨੂੰ ਕਿਸੇ 'ਤੇ ਆਸ ਨਹੀਂ ਰੱਖਣੀ ਚਾਹੀਦੀ। ਕੋਈ ਲੱਖ ਕਰ ਜੇ ਸਾਡਾ ਉਹ ਵੱਖਰੀ ਗੱਲ ਆ, ਪਰ ਆਸ ਲਾ ਲੈਣੀ ਉਹ ਬੰਦਾ ਮੇਰਾ ਕਰੂਗਾ, ਫਲਾਣਾ ਮੇਰਾ ਕਰੂਗਾ, ਇਹਦੇ ਨਾਲ ਅਸੀਂ ਵੱਧ ਜਾਂਦੇ ਹਾਂ, ਅਸੀਂ ਅੱਗੇ ਨਹੀਂ ਵੱਧ ਸਕਦੇ। ਸਾਡਾ ਮਨ ਮਜ਼ਬੂਤ ਕਿਵੇਂ ਹੋਊਗਾ? ਅਸੀਂ ਜਦੋਂ ਦੂਜਿਆਂ 'ਤੇ ਡਿਪੈਂਡ ਆ, ਦੂਜਿਆਂ 'ਤੇ ਨਿਰਭਰ ਹਾਂ, ਤਾਂ ਕਦੇ ਵੀ ਦੂਜਿਆਂ 'ਤੇ ਆਸ ਨਹੀਂ ਰੱਖਣੀ ਵੀ ਉਹ ਬੰਦਾ ਆ ਕੇ ਮੇਰਾ ਕੁਝ ਕਰੂਗਾ ਜੀ। ਇੱਦਾਂ ਨਹੀਂ ਕਰਨਾ, ਕੋਈ ਕਰ ਦੇਵੇ ਉਹਦਾ ਸ਼ੁਕਰਾਨਾ ਕਰੋ, ਦਿਲੋਂ ਧੰਨਵਾਦ ਕਰੋ, ਪਰ ਆਸ ਨਹੀਂ ਰੱਖਣੀ। ਕਿਉਂਕਿ ਅੱਜ ਤੱਕ ਬੰਦਾ ਜਿਹੜਾ ਹੈ ਇੱਛਾਵਾਂ ਕਰਕੇ ਸ਼ਾਂਤ ਨਹੀਂ ਹੁੰਦਾ। ਇੱਕ ਇੱਛਾ ਮੁੱਕਦੀ ਆ, ਦੂਜੀ ਆਪਾਂ ਬਣਾ ਲੈਂਦੇ ਹਾਂ, ਦੂਜਾ ਉਹਨੇ ਆਪਾਂ ਨੂੰ ਅੱਜ
ਮੰਨ ਲਓ ਕਿਸੇ ਨੇ 20,000 ਰੁਪਈਆ ਦਿੱਤਾ, ਕੱਲ੍ਹ ਨੂੰ ਆਪਾਂ ਕਹਾਂਗੇ ਫਿਰ ਦੇ ਦੂਗਾ। ਕਈ ਵਾਰ ਉਹਦੇ ਕੋਲ ਨਹੀਂ ਹੁੰਦੇ ਉਦਾਹਰਨ, ਫਿਰ ਆਪਣਾ ਮਨ ਜਿਹੜਾ ਆਪਾਂ ਕਹਿੰਦੇ ਮੈਨੂੰ ਤਾਂ ਨਿਰਾਸ਼ ਕਰਤਾ ਉਹਨੇ, ਇੱਦਾਂ ਨਹੀਂ ਸੋਚਣਾ ਚਾਹੀਦਾ। ਤਾਂ ਇਸ ਤਰ੍ਹਾਂ ਦੀਆਂ ਆਸਾਵਾਂ, ਦੂਜੇ ਤੋਂ ਆਸਾ ਰੱਖਣੀ, ਇੱਛਾ ਰੱਖਣੀ, ਇਹ ਨਹੀਂ ਰੱਖਣੀਆਂ ਚਾਹੀਦੀਆਂ। ਇੱਛਾ ਜਿਹੜੀ ਆ ਬੰਦੇ ਨੂੰ ਬੰਧਨਾਂ 'ਚ ਪਾ ਦਿੰਦੀ ਆ। ਇਹ ਬੰਧਨਾਂ ਤੋਂ ਮੁਕਤ ਹੋਣ ਵਾਸਤੇ ਜ਼ਰੂਰੀ ਆ ਕਿਸੇ 'ਤੇ ਵੀ ਆਸ ਨਾ ਰੱਖੋ, ਜੇ ਰੱਖੋਗੇ ਨਿਰਾਸ਼ ਹੀ ਹੋਵੋਗੇ। ਗੁਰਮੁਖ ਪਿਆਰਿਓ, ਤਾਂ ਬਾਣੀ ਵਾਰ ਵਾਰ ਸਾਨੂੰ ਕਹਿੰਦੀ ਆ, ਤਾਂ ਸਾਨੂੰ ਗੁਰਬਾਣੀ ਦਾ ਬਚਨ ਮੰਨਣਾ ਚਾਹੀਦਾ। ਅੱਗੇ ਹੁਣ ਚੌਥੀ ਗੱਲ, ਮਨ ਨੂੰ ਮਜ਼ਬੂਤ ਕਰਨ ਲਈ ਕੀ ਕਰਨਾ ਚਾਹੀਦਾ, ਇਹ ਵੱਡੀ ਚੀਜ਼ ਆ, ਬਹੁਤ ਲੋਕਾਂ ਕਰ ਨਹੀਂ ਪਾਉਂਦੇ। ਇਹ ਨਿਰਭਉ ਬਣੋ ਤੁਸੀਂ, ਭਾਵ ਕਿ ਕਿਸੇ ਤੋਂ ਡਰੋ ਵੀ ਨਾ ਅਤੇ ਕਿਸੇ ਨੂੰ ਡਰਾਓ ਵੀ ਨਾ। ਇਹ ਮੂਲ ਮੰਤਰ ਦੇ ਵਿੱਚ ਹੀ ਪਰਮਾਤਮਾ ਦਾ ਵੱਡਾ ਗੁਣ ਆ, ਉਹ ਨਿਰਭਉ ਆ। ਤੁਸੀਂ ਵੀ ਜੇ ਇੱਦਾਂ ਦਾ ਸਰੂਪ ਬਣਾ ਲਓਗੇ, ਮਨ ਮਜ਼ਬੂਤ ਹੋ ਜੂਗਾ। ਕਈ ਵਾਰ ਇਵੇਂ ਹੁੰਦਾ, ਕੁਝ ਲੋਕ ਇਹੋ ਜਿਹਾ ਦੂਜਿਆਂ ਨੂੰ ਡਰਾਈ ਜਾਂਦੇ ਸਾਰੀ ਜ਼ਿੰਦਗੀ, ਕੁਝ ਇਹੋ ਜਿਹਾ ਦੂਜਿਆਂ ਤੋਂ ਡਰੀ ਜਾਂਦੇ ਸਾਰੀ ਜ਼ਿੰਦਗੀ। ਮਹਾਰਾਜ ਨੇ ਜੋ ਖਾਲਸਾ ਪੰਥ ਸਜਾਇਆ ਸੀ ਉਹ ਨਿਰਭਉ ਸੀਗਾ, ਕਿਸੇ ਤੋਂ ਡਰੇਗਾ ਨਹੀਂ, ਕਿਸੇ ਨੂੰ ਡਰਾਵੇਗਾ ਨਹੀਂ। ਭੈ ਕਾਹੂ ਕੋ ਦੇਤ ਨੈ ਨਹਿ ਪੈ ਮਾਣ ਤਾਣ। ਸਿੱਖੀ ਦੇ ਵਿੱਚ ਇਹ ਸਿਖਾਇਆ ਜਾਂਦਾ ਵੀ ਅਸੀਂ ਕਿਸੇ ਤੋਂ ਡਰਦੇ ਨਹੀਂ ਹੈਗੇ, ਅਤੇ ਨਾਲ ਇਹ ਵੀ ਗੱਲ ਆ ਵੀ ਕਿਸੇ ਨੂੰ ਡਰਾਉਂਦੇ ਵੀ ਹੈ ਨਹੀਂ। ਆਹ ਜਿਹੜੀ ਮਹਾਰਾਜ ਨੇ ਜੋ ਆਪਾਂ ਨੂੰ ਹਥਿਆਰ ਸ਼ਸਤਰ ਬਖਸ਼ੇ ਆ ਨਾ, ਇਹ ਆਪਣੀ ਸਵੈ ਦੀ ਰੱਖਿਆ ਵਾਸਤੇ ਬਖਸ਼ੇ ਆ, ਵੀ ਜੇ ਕੱਲ੍ਹ ਨੂੰ ਕੋਈ ਸਾਡੀ ਮਾਲਾ ਖੋਹਣ ਲੱਗੇ ਅਸੀਂ ਮੁਕਾਬਲਾ ਤਾਂ ਕਰ ਸਕੀਏ ਨਾ। ਤਾਂ ਇਸ ਕਰਕੇ ਤੁਸੀਂ ਭਾਈ ਆਪਣੇ ਆਪ ਨੂੰ ਇਸ ਤਰ੍ਹਾਂ ਦਾ ਬਣਾਉਣਾ ਵੀ ਤੁਸੀਂ ਨਿਰਭਉ ਬਣਨਾ, ਡਰਨਾ ਨਹੀਂ, ਡਰਾਉਣਾ ਵੀ ਨਹੀਂ ਕਿਸੇ ਨੂੰ, ਦੋਨੋਂ ਗੱਲਾਂ ਨਾਲ ਨਾਲ ਰੱਖਣੀਆਂ। ਅੱਗੇ ਹੁਣ ਪੰਜਵੀਂ ਗੱਲ, ਕਈ ਵਾਰੀ ਅਸੀਂ ਰੱਬ ਨਾਲ ਰੋਸ ਕਰਦੇ ਹਾਂ ਕਿ ਸਾਡੀ ਜ਼ਿੰਦਗੀ ਵਿੱਚ ਇਤਨਾ ਸੰਘਰਸ਼ ਆ, ਇਤਨਾ ਜ਼ਿਆਦਾ, ਅਸੀਂ ਕੀ ਕਰੀਏ, ਕਿੱਧਰ ਨੂੰ ਜਾਈਏ। ਅਤੇ ਮੈਂ ਤੁਹਾਨੂੰ ਇਹ ਕਹਿਣਾ ਚਾਹੂੰਗਾ, ਜਿਹੜਾ ਸੰਘਰਸ਼ ਆ ਤੁਹਾਨੂੰ ਮਜ਼ਬੂਤ ਬਣਾਉਂਦਾ। ਜਿਹੜੇ ਬੰਦੇ ਜ਼ਿੰਦਗੀ ਵਿੱਚ ਸੰਘਰਸ਼ ਕਰਦੇ ਆ ਉਹੀ ਕਾਮਯਾਬ ਜ਼ਿਆਦਾ ਹੁੰਦੇ ਆ, ਉਹ ਜ਼ਿੰਦਗੀ ਨੂੰ ਬੜਾ ਕੁਝ ਦੇ ਜਾਂਦੇ ਆ, ਉਹ ਸਗੋਂ ਦੂਜਿਆਂ ਨੂੰ ਵੀ ਬੜਾ ਕੁਝ ਦੇ ਜਾਂਦੇ ਆ, ਦੂਜਿਆਂ ਦੀ ਝੋਲੀ ਵਿੱਚ ਬੜਾ ਕੁਝ ਪਾ ਜਾਂਦੇ ਆ। ਵੱਡੇ ਤੋਂ ਵੱਡੇ ਤੁਸੀਂ ਖੋਜੀਆਂ ਦੀ, ਫਿਲੋਸਫਰਾਂ ਦੀ ਕਹਾਣੀ, ਉਹਨਾਂ ਦੀਆਂ ਆਟੋਬਾਇਓਗ੍ਰਾਫੀਆਂ, ਉਹਨਾਂ ਦੀ ਸਵੈ ਜੀਵਨੀ ਪੜ੍ਹ ਲਿਓ, ਹਰ ਬੰਦੇ ਦੀ ਜ਼ਿੰਦਗੀ 'ਚ ਸੰਘਰਸ਼ ਰਿਹਾ। ਅਤੇ ਮੈਂ ਤੁਹਾਨੂੰ ਇਹ ਕਹੂੰਗਾ ਵੀ ਜਦੋਂ ਅਸੀਂ ਸੰਘਰਸ਼ ਦੀ ਗੱਲ ਕਰਦੇ ਹਾਂ ਤਾਂ ਗੁਰੂ ਸਾਹਿਬਾਨ ਜੀ ਦੇ ਜੀਵਨ ਵਿੱਚ ਕਿੱਡਾ ਸੰਘਰਸ਼ ਸੀਗਾ, 6ਵੇਂ ਪਾਤਸ਼ਾਹ ਜੀ, 10ਵੇਂ ਪਾਤਸ਼ਾਹ ਜੀ। ਜੇ ਤੁਹਾਡੀ ਜ਼ਿੰਦਗੀ ਵਿੱਚ ਵੀ ਆ ਤਾਂ ਤੁਸੀਂ ਆਪਣੇ ਗੁਰੂ ਵੱਲ ਦੇਖੋ, ਉਦੋਂ ਉਹਨਾਂ ਵੱਲ ਵੇਖ ਕੇ ਸਮਾਂ ਸਫਲ ਹੋਵੇਗਾ। ਗੁਰਮੁਖ ਪਿਆਰਿਓ, ਇਹ ਜਿਹੜੀ ਸੰਘਰਸ਼ ਭਰੀ ਜ਼ਿੰਦਗੀ ਹੁੰਦੀ ਆ ਇਹ ਸਾਨੂੰ ਮਜ਼ਬੂਤ ਕਰਦੀ ਆ, ਅਸੀਂ ਅੰਦਰੋਂ ਮਜ਼ਬੂਤ ਹੁੰਦੇ ਹਾਂ, ਇਹਦੇ ਨਾਲ ਸਾਡਾ ਮਨ ਵੀ ਮਜ਼ਬੂਤ ਹੁੰਦਾ। ਹੁਣ ਜਿਹੜੇ ਕੋਮਲ ਚੇਤਾ, ਉਹਨਾਂ ਨੂੰ ਕੀ ਪਤਾ, ਜਿਹੜੇ ਬੰਦੇ ਨੇ ਕਠਿਨਾਈਆਂ ਦਾ ਸਾਹਮਣਾ ਹੀ ਨਹੀਂ ਕੀਤਾ ਕਦੇ, ਗਰੀਬੀ ਨਹੀਂ ਦੇਖੀ ਕਦੇ, ਉਹਨੂੰ ਕੀ ਪਤਾ ਵੀ ਇਹਦਾ ਦੁੱਖ ਕੀ ਹੁੰਦਾ ਜਾਂ ਇਹਦਾ ਸੰਘਰਸ਼ ਕੀ ਹੁੰਦਾ। ਤਾਂ ਇਹ ਚੀਜ਼ ਆ ਵੀ ਜੇ ਤੁਹਾਡੀ ਜ਼ਿੰਦਗੀ 'ਚ ਸੰਘਰਸ਼ ਆ, ਪਰਮਾਤਮਾ ਦਾ ਸ਼ੁਕਰਾਨਾ ਹੀ ਕਰੋ ਵੀ ਤੁਸੀਂ ਮਜ਼ਬੂਤ ਹੋ, ਤਾਂ ਹੀ ਤੁਹਾਨੂੰ ਇਹ ਸੰਘਰਸ਼ ਲਈ ਚੁਣਿਆ ਗਿਆ, ਤੁਸੀਂ ਹੋਰ ਮਜ਼ਬੂਤ ਬਣੋਗੇ, ਨਿਰਾਸ਼ ਨਹੀਂ ਹੋਣਾ ਜ਼ਿੰਦਗੀ ਤੋਂ। ਅੱਗੇ ਹੁਣ ਜਿਹੜੀ 6ਵੀਂ ਗੱਲ ਆ ਉਹ ਵੀ ਬੜੀ ਜ਼ਰੂਰੀ ਆ, ਕਿਉਂਕਿ ਇਹ ਮਾਲਾ ਦੇ ਮਣਕਿਆਂ ਵਾਂਗ ਆ, ਇੱਕ ਇੱਕ ਮਣਕਾ ਜੁੜ ਕੇ ਮਾਲਾ ਬਣਦੀ ਹੈ ਨਾ। ਤਾਂ ਇਕੱਲੀ ਇਕੱਲੀ ਗੱਲ ਨੂੰ ਗੌਰ ਨਾਲ ਸੁਣੋ ਗੁਰਮੁਖ ਪਿਆਰਿਓ, ਆਪਣਾ ਜਿਹੜੀ ਤੁਹਾਡੀ ਊਰਜਾ ਵਾ ਕਦੇ ਵੀ ਉਹਨੂੰ ਵੇਸਟ ਨਹੀਂ ਕਰਨਾ, ਬੇਫਾਲਤੂ ਖਰਚ ਨਹੀਂ ਕਰਨਾ। ਕਈ ਵਾਰੀ ਅਸੀਂ ਬਿਨਾਂ ਵਜ੍ਹਾ ਤੋਂ ਬੋਲ ਬੋਲ ਕੇ ਉੱਚੀ ਉੱਚੀ ਬੋਲਦੇ ਹਾਂ, ਜਿਹਦੇ ਨਾਲ ਸਾਡਾ ਮਨ ਜਿਹੜਾ ਹੈ ਉਹ ਖਿੰਡ ਜਾਂਦਾ ਵਾ, ਦੂਜੇ ਲੋਕ ਵੀ ਸਾਡਾ ਸਤਿਕਾਰ ਨਹੀਂ ਕਰਦੇ, ਮਨ ਨੇ ਤਾਂ ਮਜ਼ਬੂਤ ਕੀ ਹੋਣਾ, ਅਤੇ ਸਾਡੀ ਆਸੇ ਪਾਸੇ ਦੇ ਲੋਕਾਂ ਵਿੱਚ ਇੱਜ਼ਤ ਨਹੀਂ ਰਹਿ ਜਾਂਦੀ। ਆਪਣੀ ਜਿਹੜੀ ਐਨਰਜੀ ਆ, ਆਪਣੀ ਜਿਹੜੀ ਊਰਜਾ ਵਾ, ਉਹਨੂੰ ਕਦੇ ਤੁਸੀਂ ਭੁੱਲ ਕੇ ਵੀ ਬੇਵਜ੍ਹਾ ਬੇਫਾਲਤੂ
ਵੇਸਟ ਨਹੀਂ ਕਰਨਾ ਕਦੇ ਵੀ। ਕਈ ਵਾਰੀ ਅਸੀਂ ਜੀਵ ਦੇ ਨਾਲ ਬਹੁਤ ਜ਼ਿਆਦਾ ਪਾਪ ਕਰ ਜਾਂਦੇ ਹਾਂ, ਝੂਠ ਬੋਲਦੇ ਹਾਂ, ਅਸੀਂ ਕੂੜ ਬੋਲਦੇ ਹਾਂ, ਬੇਵਜ੍ਹਾ ਬੋਲਦੇ ਹਾਂ, ਅਬਾ ਤਬਾ ਬੋਲਦੇ ਹਾਂ। ਇਹ ਚੀਜ਼ਾਂ ਤੋਂ ਬਚੋ ਜਿੰਨਾ ਹੋ ਸਕਦਾ, ਆਪਣੀ ਐਨਰਜੀ ਨੂੰ ਬਚਾ ਕੇ ਰੱਖੋ। ਇਹ ਤੁਹਾਡੇ ਮਨ ਨੂੰ ਮਜ਼ਬੂਤ ਰੱਖੂਗੀ, ਉਹਦੇ ਵਿੱਚ ਮਦਦ ਕਰੂ ਤੁਹਾਡੀ। ਤਾਂ ਉਮੀਦ ਕਰਦਾ ਤੁਸੀਂ ਇਹ ਗੱਲ ਸਾਰੀ ਪੱਲੇ ਬੰਨੋਗੇ। ਜੇ ਤੁਸੀਂ ਗਲਤੀਆਂ ਕਰਦੇ ਸੀਗੇ ਫਿਰ ਹੁਣ ਨਹੀਂ ਕਰੋਗੇ ਅੱਗੇ। ਹੁਣ ਸੱਤਵੀਂ ਗੱਲ, ਵਿਦਵਾਨ ਇੱਕ ਗੱਲ ਕਹਿੰਦੇ ਹੁੰਦੇ ਆ ਵੀ ਜੇ ਤੁਸੀਂ ਪਛਾਣ ਲਓ ਵੀ ਰੱਬ ਨੇ ਤੁਹਾਨੂੰ ਕਿਹੜੇ ਕੰਮ ਲਈ ਪੈਦਾ ਕੀਤਾ, ਉਹ ਕੰਮ ਕਰਨ ਲੱਗ ਜਾਵੋ ਵੀ ਕਿਹੜਾ ਗੁਣ ਤੁਹਾਡੇ ਵਿੱਚ ਜ਼ਿਆਦਾ ਵਾ, ਕਿਸ ਪਾਸੇ ਤੁਹਾਡੀ ਜ਼ਿੰਦਗੀ ਦਾ ਝੁਕਾਅ ਵੱਧ ਲੱਗਦਾ ਤੁਹਾਨੂੰ, ਅਤੇ ਤੁਸੀਂ ਉਹਨੂੰ ਹੀ ਆਪਣਾ ਕੰਮ ਬਣਾ ਲਓ, ਉਹਨੂੰ ਹੀ ਆਪਣੀ ਕਿਰਤ ਬਣਾ ਲਓ, ਤਾਂ ਇਹਦੇ ਵਰਗੀ ਦੂਜੀ ਕੋਈ ਰੀਸ ਨਹੀਂ ਹੋ ਜਾਂਦੀ। ਇਹਦੇ ਨਾਲ ਮਨ ਬਹੁਤ ਮਜ਼ਬੂਤ ਹੁੰਦਾ, ਫਿਰ ਉਹ ਕੰਮ ਲੱਗਦਾ ਹੀ ਨਹੀਂ ਹੈਗਾ। ਜਿਵੇਂ ਕਿ ਆਪਾਂ ਵੇਖਿਆ ਲੋਕ ਕੰਮਾਂ 'ਤੇ ਜਾਂਦੇ ਆ, ਅੱਕੇ ਪਏ ਹੁੰਦੇ ਆ, ਕਿਉਂਕਿ ਉਹ ਮਜਬੂਰੀ 'ਚ ਕਰਦੇ ਆ। ਪਰ ਜੇ ਤੁਸੀਂ ਸਿੱਖੋ ਹੀ ਉੱਦਾਂ ਦੀ ਕਲਾ ਵੀ ਜਿਹਦੇ ਵਿੱਚ ਤੁਹਾਡਾ ਸ਼ੌਂਕ ਹੋਵੇ, ਤਾਂ ਇਹਦੇ ਨਾਲ ਤੁਹਾਡਾ ਮਨ ਮਜ਼ਬੂਤ ਹੋਊਗਾ। ਕਿਵੇਂ ਹੋਊਗਾ? ਕਿਉਂਕਿ ਮਨ ਅੱਗੇ ਹੋਰ ਖੋਜੂਗਾ। ਤੁਸੀਂ ਕੰਮ ਤਾਂ ਕਿਉਂਕਿ ਕਰਨਾ ਹੀ ਆ, ਕੰਮ ਤਾਂ ਕਰਨਾ ਹੀ ਪੈਣਾ, ਕਿਉਂ ਨਾ ਫਿਰ ਮਨ ਲਾ ਕੇ ਕਰੀਏ। ਇਹ ਚੀਜ਼ ਹੁੰਦੀ ਆ ਵੀ ਸ਼ੌਂਕ ਵਾਲੀ ਨੌਕਰੀ ਹੋਵੇ ਫਿਰ ਉਹ ਨੌਕਰੀ ਨਹੀਂ ਲੱਗਦੀ ਹੁੰਦੀ। ਸੱਚ ਕਰਕੇ ਜਾਣਿਓ ਇਹ ਗੱਲ, ਜੇ ਤੁਹਾਨੂੰ ਪਤਾ ਲੱਗ ਗਿਆ ਵੀ ਕੰਮ ਤਾਂ ਸਾਨੂੰ ਕਰਨਾ ਹੀ ਪੈਣਾ ਕਿਉਂਕਿ ਪੈਸੇ ਦੀ ਹਰ ਬੰਦੇ ਨੂੰ ਜ਼ਰੂਰਤ ਆ, ਕੰਮ ਤਾਂ ਕਰਨਾ ਹੀ ਪਊਗਾ ਕਿਉਂਕਿ ਸਾਰੇ ਆਪਾਂ ਵੇਖਦੇ ਹਾਂ ਹਰ ਪਾਸੇ ਅੱਜ ਕੱਲ੍ਹ ਮਹਿੰਗਾਈ ਆ, ਪੈਸੇ ਦੀ ਹਰ ਬੰਦੇ ਨੂੰ ਜ਼ਰੂਰਤ ਆ। ਇਸ ਕਰਕੇ ਤਾਂ ਆਪਾਂ ਕੀ ਕਰਦੇ ਹਾਂ, ਕੰਮ 'ਤੇ ਜਾਂਦੇ ਹਾਂ, ਨੌਕਰੀ ਕਰਦੇ ਹਾਂ, ਕੋਈ ਵਪਾਰ ਕਰਦਾ, ਕੋਈ ਦੁਕਾਨ ਚਲਾਉਂਦਾ, ਕੋਈ ਖੇਤੀਬਾੜੀ ਕਰਦਾ। ਹਰ ਕਿਸੇ ਨੇ ਵੱਖਰੇ ਵੱਖਰੇ ਤਰੀਕੇ ਨਾਲ ਪੈਸੇ ਬਣਾਉਣੇ ਆ, ਕੋਈ ਦਿਹਾੜੀ ਕਰਦਾ, ਗਰੀਬ ਲੋਕ ਵੀ ਹੈਗੇ ਆ, ਕੋਈ ਫੁੱਟਪਾਥ 'ਤੇ ਵੀ ਸੌਂਦੇ ਆ। ਤਾਂ ਇਹ ਚੀਜ਼ ਵਿੱਚ ਤੁਸੀਂ ਇਹ ਦੇਖਣਾ ਵੀ ਤੁਸੀਂ ਕਿਹੜਾ ਕੰਮ ਚੁਣਨਾ। ਜਿਵੇਂ ਕਿ ਕੁਝ ਬੱਚੇ ਆ ਜਦੋਂ 10ਵੀਂ ਕਲਾਸ ਪਾਸ ਕਰ ਲੈਂਦੇ ਆ, ਉਹਨਾਂ ਨੂੰ 11ਵੀਂ 12ਵੀਂ 'ਚ ਪਤਾ ਹੀ ਨਹੀਂ ਲੱਗਦਾ ਵੀ ਆਰਟਸ ਰੱਖੀਏ, ਮੈਡੀਕਲ ਰੱਖੀਏ, ਨੋਨ ਮੈਡੀਕਲ ਰੱਖੀਏ, ਕਮਰਸ ਰੱਖੀਏ, ਪਤਾ ਹੀ ਨਹੀਂ ਲੱਗਦਾ ਉਹਨਾਂ ਨੂੰ। ਉਹ ਬਹੁਤ ਜ਼ਿਆਦਾ ਉਹਨਾਂ ਨੂੰ ਉੱਥੇ ਇੱਕ ਵੱਡੀ ਚੁਣੌਤੀ ਵਾਂਗ ਹੁੰਦਾ ਵੀ ਜੇ ਉਹਨਾਂ ਨੂੰ ਬੰਦਾ ਮਿਲ ਜੇ ਕੋਈ ਗਾਈਡੈਂਸ ਕਰਨ ਵਾਲਾ, ਆਪਦੀ ਜ਼ਿੰਦਗੀ ਨੂੰ ਵਧੀਆ ਬਣਾ ਸਕਦੇ ਆ। ਉਹ ਦੇਖਣਾ ਪਊਗਾ ਨਾ ਉਹਨਾਂ ਦੀ ਰੁਚੀ ਕਾਹਦੇ ਵਿੱਚ ਆ, ਉਹਨਾਂ ਨੂੰ ਉਸੇ ਹੀ ਲਾਈਨ ਦੇ ਵਿੱਚ ਭੇਜਿਆ ਜਾਣਾ ਚਾਹੀਦਾ। ਇਹ ਨਹੀਂ ਕਿ ਉਹ ਬਣਨਾ ਡਾਕਟਰ ਚਾਹੁੰਦੇ ਆ ਅਤੇ ਆਪਾਂ ਉਹਨਾਂ ਨੂੰ ਕਹੀਏ ਤੁਸੀਂ ਕਮਰਸ ਰੱਖ ਲਓ, ਤੁਸੀਂ ਬੈਂਕ ਵਾਲੀ ਜਿਹੜੀ ਪੜ੍ਹਾਈ ਹੈ ਇਹ ਕਰ ਲਓ। ਨਹੀਂ ਭਾਈ, ਇੱਦਾਂ ਨਹੀਂ ਹੁੰਦਾ। ਬੱਚੇ ਵੱਲ ਵੀ ਸਾਨੂੰ ਦੇਖਣਾ ਚਾਹੀਦਾ, ਫਿਰ ਉਹਦਾ ਮਨ ਮਜ਼ਬੂਤ ਕੀ ਹੋਣਾ, ਉਹ ਤਾਂ ਨਿਰਾਸ਼ਤਾ ਵਿੱਚ ਹੋ ਜਾਂਦੇ ਆ। ਤਾਂ ਮਨ ਨੂੰ ਮਜ਼ਬੂਤ ਕਰਨ ਲਈ ਤੁਹਾਨੂੰ ਦੇਖਣਾ ਪਊਗਾ ਵੀ ਤੁਹਾਡੀ ਰੁਚੀ ਕਾਹਦੇ ਵਿੱਚ ਆ, ਕਾਹਦੇ ਲਈ ਤੁਸੀਂ ਬਣੇ ਆ। ਹਰ ਕਿਸੇ ਦੀਆਂ ਭਾਵਨਾਵਾਂ, ਮੈਂ ਕਹਿ ਰਿਹਾ, ਅਲੱਗ ਅਲੱਗ ਹੁੰਦੀਆਂ ਨੇ, ਹਰ ਕਿਸੇ ਦੇ ਵਿਚਾਰ ਅਲੱਗ ਹੁੰਦੇ ਆ, ਆਪਣੇ ਅੰਗੂਠੇ ਦਾ ਨਿਸ਼ਾਨ ਨਹੀਂ ਇੱਕ ਦੂਜੇ ਨਾਲ ਮਿਲਦਾ, ਆਪਣੀ ਸੋਚ ਕਿਵੇਂ ਮਿਲ ਜੂਗੀ। ਕਈ ਵਾਰੀ ਅਸੀਂ ਦੂਜਿਆਂ ਨੂੰ ਆਪਣੇ ਵਰਗਾ ਬਣਾਉਣ 'ਤੇ ਜ਼ੋਰ ਲਾਉਂਦੇ ਹਾਂ, ਇਹ ਵੀ ਗਲਤੀ ਤੁਸੀਂ ਕਰਨੀ ਨਹੀਂ ਹੈਗੀ। ਤਾਂ ਇਹ ਸੱਤਵੀਂ ਗੱਲ ਸੀ, ਹੁਣ ਮੈਂ ਗੱਲ ਕਰਨੀ ਹੈ ਅਖੀਰਲੀ ਗੱਲ ਦੀ। ਤੁਸੀਂ ਕਦੇ ਵੀ ਕੋਈ ਕੰਮ ਨੂੰ ਕਰਨ ਤੋਂ ਪਹਿਲਾਂ ਰੌਲਾ ਨਹੀਂ ਪਾਉਣਾ, ਬੋਲੋ ਘੱਟ, ਕਰਮ ਵੱਧ ਕਰੋ। ਇਹ ਗੱਲ 'ਤੇ ਵਿਸ਼ਵਾਸ ਕਰੋ ਜੋ ਮੈਂ ਕਹਿ ਰਿਹਾ। ਕਈ ਵਾਰੀ ਆਪਾਂ ਕੀ ਹੁੰਦਾ ਵੀ ਕੰਮ ਕਰਨ ਤੋਂ ਪਹਿਲਾਂ ਰੌਲਾ ਪਾਉਣ ਲੱਗ ਜਾਂਦੇ ਹਾਂ, ਇੱਦਾਂ ਨਹੀਂ ਕਰਨਾ ਹੁੰਦਾ। ਗੁਰਮੁਖ ਪਿਆਰਿਓ, ਤੁਸੀਂ ਕੀ ਕਰਨਾ ਵਾ, ਅਸਲ ਦੇ ਵਿੱਚ ਜਿਹੜੇ ਕਰਮ ਆ ਨਾ, ਇਹ ਇਸ ਤਰ੍ਹਾਂ ਦੇ ਕਰਨੇ ਆ, ਮਿਹਨਤ ਇੰਨੀ ਕਰਨੀ ਆ ਵੀ ਤੁਹਾਨੂੰ ਬੋਲ ਕੇ ਦੱਸਣ ਦੀ ਲੋੜ ਨਾ ਪਵੇ, ਤੁਹਾਡੀ ਮਿਹਨਤ ਆਪੇ ਬੋਲੂਗੀ। ਜਿਵੇਂ ਹੁਣ ਹਾਰਮੋਨੀਅਮ ਵਜਾਉਣ ਵਾਲੇ ਜਿਹੜੇ ਉਸਤਾਦ ਹੁੰਦੇ ਆ ਕਿੰਨੀ ਮਿਹਨਤ ਕਰਦੇ ਆ, ਜਾਂ ਤਬਲਾ ਵਜਾਉਣ ਵਾਲੇ ਸੰਗੀਤਕਾਰ ਹੁੰਦੇ ਆ ਕਿੰਨੀ ਮਿਹਨਤ ਕਰਦੇ ਆ, ਉਹਨਾਂ ਦੀ ਮਿਹਨਤ ਹੀ ਬੋਲਦੀ ਬਾਅਦ ਵਿੱਚ ਜਦੋਂ ਸਟੇਜ 'ਤੇ ਆਉਂਦੇ ਆ, ਪਹਿਲਾਂ ਰੌਲਾ ਤਾਂ ਨਹੀਂ ਨਾ ਪਾਉਂਦੇ ਉਹ। ਇਹ ਤਾਂ ਮੈਂ ਤੁਹਾਨੂੰ ਉਦਾਹਰਣ ਦੇਣ ਲਈ ਦੱਸ ਰਿਹਾ ਵੀ ਇਵੇਂ ਮਨ ਮਜ਼ਬੂਤ ਹੋਊਗਾ। ਤਾਂ ਇਹ 8 ਗੱਲਾਂ ਜਿਹੜੀਆਂ ਸੀਗੀਆਂ, ਇਹ ਇੱਕ ਮਹਾਂਪੁਰਖ ਨੇ ਆਪਣੇ ਚੇਲਿਆਂ ਨੂੰ ਦੱਸੀਆਂ ਸੀਗੀਆਂ।
ਉਹ ਪਹਿਲਾਂ ਉਹ ਮਨ ਕਰਕੇ ਨਾ ਬਾਹਲੇ ਜ਼ਿਆਦਾ ਭਾਵ ਕਿ ਉਹਨਾਂ ਦੇ ਅੰਦਰ ਇਸ ਤਰ੍ਹਾਂ ਸੀ ਪਿੱਪਲਾਂ ਦੇ ਪੱਤਿਆਂ ਵਾਂਗੂ ਡੋਲਦੇ ਰਹਿੰਦੇ ਸੀ। ਜਦੋਂ ਮਹਾਂਪੁਰਖਾਂ ਨੇ 8 ਗੱਲਾਂ ਦੱਸ ਦਿੱਤੀਆਂ, ਸੂਤਰ ਦੱਸ ਦਿੱਤੇ, ਉਹਨਾਂ ਨੇ ਆਪਦੀ ਜ਼ਿੰਦਗੀ 'ਚ ਕਮਾਏ ਆ, ਅਤੇ ਫਿਰ ਉਹਨਾਂ ਦੀ ਜ਼ਿੰਦਗੀ ਬਦਲ ਗਈ। ਹੁਣ ਤੁਸੀਂ ਇਹ ਗੱਲਾਂ ਕੇਵਲ ਸੁਣਨੀਆਂ ਹੀ ਨਹੀਂ ਹੁੰਦੀਆਂ, ਇਹਨਾਂ ਨੂੰ ਅਮਲ ਵਿੱਚ ਵੀ ਲੈ ਕੇ ਆਉਣਾ। ਇੱਥੇ ਜਿਹੜੀਆਂ ਬਹੁਤੀਆਂ ਗੱਲਾਂ ਨੇ ਉਹ ਗੁਰਬਾਣੀ ਦੇ ਆਸ਼ੇ ਅਨੁਸਾਰ ਹੀ ਤੁਹਾਨੂੰ ਦੱਸੀਆਂ ਗਈਆਂ ਨੇ, ਪੰਗਤੀਆਂ ਵੀ ਆਪ ਜੀ ਨੂੰ ਦੱਸ ਦਿੱਤੀਆਂ ਨੇ। ਗੁਰਮੁਖ ਪਿਆਰਿਓ, ਹਰ ਗੱਲ ਦੀ ਜਿਹੜੀ ਪੰਗਤੀ ਆ ਗੁਰਬਾਣੀ ਵਿੱਚੋਂ ਸਭ ਕੁਝ ਸਾਨੂੰ ਮਿਲ ਸਕਦਾ। ਗੁਰਬਾਣੀ ਵਿੱਚ ਗਿਆਨ ਵੀ ਆ, ਸਮਾਜ ਬਾਰੇ ਵੀ ਆ, ਗੁਰਬਾਣੀ ਵਿੱਚ ਵਿਗਿਆਨ ਬਾਰੇ ਵੀ ਆ, ਗੁਰਬਾਣੀ ਵਿੱਚ ਫਲਸਫਾ ਵੀ ਆ, ਗੁਰਬਾਣੀ ਵਿੱਚ ਸਭ ਕੁਝ ਆ, ਰੱਬ ਵੀ ਆ। ਆਪਾਂ ਨੂੰ ਪਤਾ ਵੀ ਧੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਗੁਰਬਾਣੀ ਤਾਂ ਸਾਡੇ ਲਈ ਰੱਬ ਹੀ ਆ ਨਾ। ਇਸ ਕਰਕੇ ਨਾ ਤੁਸੀਂ ਭਾਈ ਇੱਕ ਇੱਕ ਜਿਹੜੇ ਗੁਣ ਆ ਉਹਨਾਂ ਨੂੰ ਕਮਾਉਣਾ ਸ਼ੁਰੂ ਕਰੋ। ਗੁਣ ਜਿਹੜੇ ਹੁੰਦੇ ਆ ਸਾਨੂੰ ਰੱਬ ਦੇ ਨੇੜੇ ਲੈ ਜਾਂਦੇ ਆ। ਜਿਵੇਂ 8 ਗੱਲਾਂ ਨੇ, ਪਹਿਲਾਂ ਉਹਦੇ ਵਿੱਚੋਂ 8 ਨਹੀਂ ਇਕਦਮ ਤੁਸੀਂ ਕਰ ਸਕੋਗੇ, ਇੱਕ ਇੱਕ ਕਰਕੇ ਆਪਣੇ ਜੀਵਨ ਵਿੱਚ ਲਾਗੂ ਕਰੋ। ਉਮੀਦ ਕਰਦਾ ਵੀ ਤੁਸੀਂ ਜ਼ਿੰਦਗੀ ਵਿੱਚ ਅੱਗੇ ਵਧੋਗੇ, ਤੁਹਾਡਾ ਜਿਹੜਾ ਮਨ ਪਾਰੇ ਵਾਂਗੂ ਡੋਲਦਾ ਸੀਗਾ ਮਜ਼ਬੂਤ ਬਣ ਜੂਗਾ। ਮਾਨਸਿਕ ਰੂਪ ਤੋਂ ਮਜ਼ਬੂਤ ਹੋਣਾ ਅੱਜ ਦੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਆ ਹਰ ਬੰਦੇ ਲਈ। ਜੇ ਤੁਸੀਂ ਨਹੀਂ ਹੋਵੋਗੇ ਲੋਕ ਜਿਹੜੇ ਆ ਤੁਹਾਨੂੰ ਪਾਗਲ ਕਰ ਦੇਣਗੇ, ਕਿਉਂਕਿ ਲੋਕ ਆਪ ਪਾਗਲ ਆ। ਇਹ ਗੱਲ ਮੈਂ ਨਹੀਂ ਕਹਿ ਰਿਹਾ, ਤੁਹਾਨੂੰ ਲੱਗਦਾ ਹੋਊਗਾ ਵੀ ਮੈਂ ਲੋਕਾਂ ਨੂੰ ਇਸ ਤਰ੍ਹਾਂ ਕਹਿ ਰਿਹਾ, ਮੈਂ ਨਹੀਂ ਕਹਿ ਰਿਹਾ। ਬਾਣੀ ਵਿੱਚ ਇੱਕ ਪੰਗਤੀ ਆਉਂਦੀ ਹੈ, ਬਿਨ ਨਾਵੈ ਜਗ ਕਮਲਾ ਫਿਰੈ ਗੁਰਮੁਖ ਨਦਰੀਆ ਆ। ਨਾਮ ਤੋਂ ਬਿਨਾਂ ਸਾਰੀ ਦੁਨੀਆ ਜਿੰਨੀ ਵੀ ਅਸੀਂ ਵੇਖਦੇ ਹਾਂ ਇਹ ਕਮਲੀ ਹੋਈ ਫਿਰਦੀ ਆ। ਜੇ ਤੁਸੀਂ ਸਿਆਣੇ ਬਣਨਾ ਚਾਹੁੰਦੇ ਹੋ, ਸੋਹਣੇ ਬਣਨਾ ਚਾਹੁੰਦੇ ਹੋ, ਤਾਂ ਤੁਹਾਨੂੰ ਗੁਰੂ ਨਾਲ ਜੁੜਨਾ ਪਵੇਗਾ। ਤਾਂ ਆਓ ਜੀ ਆਪਾਂ ਇਹ 8 ਗੱਲਾਂ ਜਿਹੜੀਆਂ ਇੱਕ ਵਾਰ ਮੈਂ ਫਿਰ ਦੁਹਰਾ ਦਿਆਂ। ਬੀਤੇ ਸਮੇਂ ਨੂੰ ਛੱਡ ਦਿਓ, ਜੋ ਹੋ ਗਿਆ ਸੋ ਹੋ ਗਿਆ, ਜਿਹੜੀ ਟ੍ਰੇਨ ਲੰਘ ਗਈ, ਜਿਹੜੀ ਗੱਡੀ ਲੰਘ ਗਈ ਉਹ ਲੰਘ ਗਈ। ਅਗਲੇ ਸਮੇਂ ਦੀ ਉਡੀਕ ਕਰੋ, ਆਉਣ ਵਾਲੇ ਸਮੇਂ ਨੂੰ ਸੋਹਣਾ ਬਣਾਓ। ਅੱਗੇ ਸਮਝ ਚੱਲੋ ਆਨੰਦ ਲਾਲਾ, ਪਾਛੈ ਜੋ ਬੀਤੀ ਸੋ ਬੀਤੀ, ਪਿਛਲੀ ਉਮਰ ਗੁਨਾਹੀ ਬੀਤੀ ਹਰ ਕੀ ਭਗਤ ਨਾ ਕੀਤੀ। ਅੱਗੇ ਸਮਝ ਚੱਲੋ ਆਨੰਦ ਲਾਲਾ, ਪਾਛੈ ਜੋ ਬੀਤੀ ਸੋ ਬੀਤੀ। ਚੰਗਾ ਹੀ ਸੋਚੋ, ਆਪਣੇ ਆਪ ਦੇ ਨਾਲ ਬੈਠਣਾ ਸ਼ੁਰੂ ਕਰ ਦਿਓ, ਦੂਜੇ 'ਤੇ ਆਸਾਂ ਨਾ ਰੱਖੋ, ਨਿਰਭਉ ਬਣੋ। ਸੰਘਰਸ਼ ਭਰਿਆ ਜੀਵਨ ਤੁਹਾਨੂੰ ਮਜ਼ਬੂਤ ਬਣਾਊਗਾ। ਆਪਣੀ ਊਰਜਾ ਬੇਵਜ੍ਹਾ ਖਤਮ ਨਾ ਕਰੋ, ਆਪਣੀ ਰੁਚੀ ਨੂੰ ਪਛਾਣੋ, ਕੀ ਬਣਨਾ ਚਾਹੁੰਦੇ ਹੋ ਤੁਸੀਂ, ਥੋੜ੍ਹਾ ਬੋਲੋ, ਕਰਕੇ ਵੱਧ ਦਿਖਾਓ। ਇਹ ਗੱਲਾਂ ਸੀਗੀਆਂ ਜਿਹੜੀਆਂ ਮੈਂ ਆਪ ਜੀ ਨੂੰ ਦੱਸੀਆਂ। ਉਮੀਦ ਕਰਦਾ ਪੂਰਨ ਰੂਪ ਦੇ ਵਿੱਚ ਸਮਝ ਆ ਗਈਆਂ ਹੋਣਗੀਆਂ। ਜੇ ਇਹਨਾਂ ਨੂੰ ਆਪ ਅੱਗੇ ਆਪਣੇ ਦੋਸਤਾਂ ਨੂੰ, ਆਪਣੇ ਨਿਆਣਿਆਂ ਨੂੰ, ਬੱਚਿਆਂ ਨੂੰ ਜ਼ਰੂਰ ਦੱਸਿਓ, ਕਿਉਂਕਿ ਉਹਨਾਂ ਲਈ ਵੀ ਅੱਜ ਦੇ ਸਮੇਂ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਆ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਰਹਿਮਤ ਕਰਨ। ਤਾਂ ਹਰ ਵਾਰ ਦੀ ਤਰ੍ਹਾਂ ਆਓ ਜੀ ਆਪਾਂ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ। ਇਹ ਤਾਂ ਸਭ ਤੋਂ ਵੱਡਾ ਗੁਣ ਆ ਜਿਹੜਾ ਸਾਡੇ ਮਨ ਨੂੰ ਸ਼ਾਂਤ ਰੱਖਦਾ। ਜਦੋਂ ਦੂਜਿਆਂ ਦਾ ਭਲਾ ਮੰਗਦੇ ਹਾਂ 'ਚ ਆਪਣਾ ਭਲਾ ਵੀ ਹੋ ਜਾਂਦਾ, ਬਾਕੀ ਅਸੀਂ ਗੁਰੂ ਦਾ ਬਚਨ ਕਮਾਉਂਦੇ ਹਾਂ। ਸਾਰੇ ਜਾਣੇ ਰਲ ਮਿਲ ਕੇ ਕਹਿ ਦਈਏ ਜੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਹੀ ਭਲਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।